مرتجيد حيدر دي قال دي اصل علي قال كان يعني مرتجيد دي ما انا انت مقصود باور لاگنے هب هوت نپاگی خیال دھیان السلام علیکم فرینڈ تو ترے دے یوٹیوب چینل اوکف علم نا جناب اج میرے دوستاں فون کیتا ہے اسنا اوتھاں دریائے سندھ جڑا اس دے نال ایک دوست راندن اس میرا دوست ہے اس دے دوست راندن انہاں کے اوتھاں اوڑو مچھی دا شکار ہی کرے سوں تے اج ویندے پے اساں اڈے تے ویڈیو بنا کے تھوان وی دیکھے سوں انشاءاللہ مزہ آسی تے ویڈیو شروع کرن تو پہلے اگر تساں میرے چینل تے نویں تو میرے چینل اوکا ویلا منڈا سبسکرائب کر گن سو تے پین لائک دا بٹن دبا گن سو تاکہ ہر آمنا دی ویڈیو سارے تے پہنچ سکے تے وینے من کے ویڈیو تے سیں شکار کرے تو تھوں ویڈیو بنا کے دیکھے سو انشاءاللہ مزہ آسی اے جناب اساں ایتھوں دریا پار کرنا ہے تے ہلاویں نہیں مت موبائل وی چلانا ہے لتاں تے تھیندا ہے جڑے بندے نہیں ہوندے انہاں دا لتاں تے تھیندا ہے جڑے بندے نہیں ہوندے انہاں دا لتا نہیں بندی آندی ہے ویڈیو اوئے بڑائی اوئے ایتھے پانی جھکا ہے اوئے آئے ٹھڈا پانی دے ہو اوئے ارون مرسے ایلے لوان قسم نا جالا شالا لین دے پین تے ویڈیو تو بڑا او وا تو لنے لنے اے تے تال تو نکلنے اسا اگلے تال دے ملاد توڑ دی اے ویندا کیتے چھوڑ اوئے ہلال یہ وچ وردا اے موبائل میرا کدا پانی دے چکا تو کوئی نہیں ہنا سارے دوست میرے جناب مچھی دے شکار تے آئے ہیں اے ایک اے اسنو جڑا اے اس دے وچ فون آنے کھڑے نے او کہندے فون آنے کھڑے نے وال تے وال مرتجید حیدر دی کال دی اصل والی کال کہندے نے مرتجید دی ماں دی کال آنے کھڑی اے او آ دین بھائی بلو ہونے تے اساں ہن شکار شروع کرن دے پئے اے دوست ہیں اساں شکار کر کے تے ودیو کرین ہیں شکار لگ گیا سارا اچھا تے کوئی ڈرمی سمی چاہیے اوئے کیڑ لے دی جان ختم تھی بس ہن تھی اوئے ای دی جان بڑی اوکھی گل سی کیوں دے بعد گل سی وتے دیا دے من تے شغل بڑے نے ودن سا کے دے پین اچھا چلو چلو شاباش ہرون دے مقصود باور لگ گئے نے ہپ ہوت نپاگی خیال دھیان اینا کچھوے نو پانی سٹا دے لیکن واتی اورا پیچھا ملا ہوندا ہے تو جھکا کیا پانی آو او دوست آدھا پہ کچھوا جال دے وچ کچھوا آئے مچھی کو نہیں آئے مچھی لگی ہوئے ہیں کہاں رکھے سو تلے دیکھن کیسے او یہ چھوٹا بچے ہے اوئی قسم
ਇਹ ਜਨਾਬ ਕੱਛੇ ਦਾ ਬੱਚਾ ਓਏ ਆਏ ਕਛਵਾ ਇਹਦਾ ਨਾ ਨਾ ਇਹ ਨਾ ਜਿੱਥਾਂ ਵਧਿਆ ਇਹ ਪਾਣੀ ਇੱਥਾਂ ਤੇ ਆਉਂਦਾ ਪਿਆ ਇਹ ਇੱਥਾਂ ਥੋੜਾ ਇੱਕ ਜਿੱਕਾ ਹੈ ਵਾ ਤਾਂ ਅੱਗੋਂ ਪਾਣੀ ਆਵੇ ਸੀ ਉੱਚਾ ਤੇ ਅਸਾਂ ਉਹ ਉੱਥੋਂ ਰਾਵਣ ਲੱਗਿਆ ਉੱਥਾਂ ਪਾਣੀ ਘਾਟ ਹੈ ਅਸਾਂ ਉਦੋਂ ਇੰਜ ਨਾ ਅਸਾਂ ਅੱਗੇ ਦੂ ਸਿੱਧੇ ਟਾ ਵਣਿਆ ਚਲੋ ਇੱਥਾਂ ਸਿੱਧਾ ਅੱਗੋਂ ਦੋਸਤ ਸ਼ਿਕਾਰ ਕਰੀਂਦੇ ਵਧਿਆ ਤੇ ਇੱਥੇ ਪਾਣੀ ਨਾ ਦਰਿਆ ਇਸ ਤੋਂ ਅੱਗੇ ਜਿਹੜਾ ਨਾ ਇਹ ਵਿਚਾਲੇ ਖੁਸ਼ਕ ਜਾ ਆਵੇ ਸੀ ਤੇ ਪਰੂ ਵੱਧ ਪਾਣੀ ਨਹੀਂ ਆ ਰਹੇ ਤੇ ਫਿਲਹਾਲ ਤਾਂ ਇੱਕੋ ਸ਼ਿਕਾਰ ਲੱਗਿਆ ਬਿਆ ਜ਼ਿਆਦਾ ਲੱਗਾ ਕੋਈ ਜਾਲ ਇਤੋਂ ਘੀਲ ਕੇ ਇਸ ਖੁਸ਼ਕੀ ਤੇ ਆਉਂਦੇ ਨੇ ਇੱਥੇ ਵੀ ਕਾਛ ਨਹੀਂ ਲੱਗੀ ਕਿਉਂਕਿ ਦਰਿਆ ਨੂੰ ਸੁੱਕੇ ਕਾਫੀ ਦੇਰ ਹੋ ਚੁੱਕੀ ਹੈ ਤੇ ਪਹਿਲੇ ਵੀ ਸ਼ਿਕਾਰੀ ਕਾਫੀ ਰਹਿਣ ਤੇ ਕੋਸ਼ਿਸ਼ ਇਹ ਹੈ ਭਲਾ ਉਹ ਜਿਹੜਾ ਉੱਥੋਂ ਖੁਸ਼ਕੀ ਜਾ ਪਈ ਉਹ ਭਾਈ ਖੜੋਤਾ ਹੈ ਅਸਾਂ ਵਹਿਣਾ ਹੁਣ ਉਸ ਜਾ ਤੇ ਵਹਿਣਾ ਸੀ ਭਲਾ ਪਾਣੀ ਦੇ ਵਿੱਚ ਟੱਪ ਕੇ ਵੀ ਸੈਂ ਤੇ ਦੇਖਣ ਇਸ ਸਾਈਡ ਤੇ ਪਾਣੀ ਬਹੁਤ ਜ਼ਿਆਦਾ ਹੈ ਬਾਕੀ ਭਾਈ ਹੋਰ ਦਸੈਂਦੇ ਪੈਣ ਇਹ ਨਾ ਨਾਲ ਨਾਲ ਬਿਲਕੁਲ ਇੱਥਾਂ ਵੀ ਨਾ ਪਾਣੀ ਇਹਨੇ ਤਾਰ ਲੱਗਦਾ ਇਹਦੇ ਉਸ ਸਾਈਡ ਤੇ ਨਾ ਮੰਜਾ ਇਹਨਾਂ ਨਾ ਇੱਥੋਂ ਇਲਾਕੇ ਵਾਲੇ ਜਿਹੜੇ ਨੇ ਨਾ ਮਖਸੂਸ ਜਾਂ ਹੀ ਬਣਾਈ ਹੋਈ ਹਨ ਜਿੱਥਾਂ ਭਾਈ ਉਹਨਾਂ ਨੂੰ ਪਤਾ ਵੀ ਇੱਥਾਂ ਪਾਣੀ ਘੱਟ ਹੈ ਉਹ ਉੱਥੇ ਵਿੱਚ ਵੜ ਕੇ ਤੇ ਇਹ ਕਰੀਂਦੇ ਰਹਿੰਦੇ ਹਨ ਪਾਣੀ ਦੇ ਵਿੱਚ ਵੜ ਕੇ ਸ਼ਿਕਾਰ ਹੀ ਕਰੀਂਦੇ ਰਹਿੰਦੇ ਹਨ ਜਾਂ ਪਰਾਂ ਕੋਈ ਪਰਾਂ ਪਾਰ ਟੱਪਣਾ ਹੋਵੇ ਤਾਂ ਬਾਤ ਵੀ ਨਾ ਇਹ ਕਰੀਂਦੇ ਰਹਿੰਦੇ ਹਨ ਪਰਾਂ ਪਾਰ ਵੀ ਤੇ ਦੋ ਜਾਲ ਵਾਲੇ ਉਹ ਸਾਹਮਣੇ ਵਧੇ ਨੇ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਦੋ ਵਧਣ ਤੇ ਦੋ ਗਏ ਵਧਣ ਉਹ ਗਏ ਵਧਣ ਉਹ ਵੀ ਬਹੁਤ ਦੂਰ ਗਏ ਵਧੇ ਨੇ ਉਹ ਗਏ ਵਧਣ ਤੇ ਫਿਲਹਾਲ ਸ਼ਿਕਾਰ ਇੱਕ ਮੱਛਲੀ ਲੱਗੀ ਹੈ ਬਾਕੀ ਕੋਈ ਨਹੀਂ ਲੱਗਿਆ ਸ਼ਿਕਾਰ ਤੇ ਉਹ ਸਾਰੇ ਦੋਸਤ ਉਹ ਮੁਕਾਬਲਾ ਕਰੀਂਦੇ ਖੜੇ ਵਾ ਤੇ ਬਾਹਰ ਕੇ ਆਉਣਾ ਤੁਸੀਂ 500 ਰੁਪਏ ਦੇ ਤਾਂ ਮੈਂ ਤੇ ਹੀ ਦੋਸਤ ਬਈਦੇ ਉਸ ਕੱਪੜੇ ਸਾਰੇ ਸਿਨੇ ਥੀ ਗਏ ਤੇ ਉਹਦਾ ਕਿ ਮੈਂ 500 ਰੁਪਏ ਦੇ ਅਸਾਂ ਲੈ ਕੇ ਨਾ ਉਹ ਨਾ ਜਿਹੜਾ ਉਸ ਟਾਈਮ ਰੱਖਾ ਉਹਦੇ ਵਿੱਚ ਉਹ ਪਹੁੰਚ ਨਹੀਂ ਸੰਗਾ ਕੱਪੜੇ ਵੀ ਸਿਨੇ ਥੀ ਗਏ ਤੇ ਮੈਂ ਇਹਨਾਂ ਸਾਰਿਆਂ ਦੇ ਪਿੱਛੇ ਰਹਿ ਗਿਆ ਉਹ ਕਾਫੀ ਅੱਗਾ ਹਨ ਤੇ ਤਕਰੀਬਨ ਨਾ ਪਾਣੀ ਥੋੜ੍ਹੀ ਜਗ੍ਹਾ ਜਿਹੜੀ ਜਿੱਕੀ ਆਉਂਦੀ ਹੈ ਉਸ ਤੋਂ ਕ੍ਰਾਸ ਕਰਕੇ ਤੇ ਅੱਗਾ ਵਹਿੰਦੇ ਆ ਅੱਗਾ ਇਤਨਾ ਪਾਣੀ ਕੋਈ ਇਹ ਦਰਿਆ ਦੇ ਬਿਲਕੁਲ ਐਂਡ ਇਤਨਾ ਪਰੂ ਸਾਰੇ ਨਾ ਇਹ ਕਮਾਨ ਬੁੜਾ ਖੜਾ ਤੇ ਇਹਦੇ ਪਰੂ ਸਾਰੀ ਗੰਦਾ ਮੁੜੀ ਪਈ ਹੈ ਤੇ ਇਹਨੇ ਯਾਰ ਸਾਰੇ ਯਾਨੀ ਕਿ ਵਾਹਿਰਾ ਇੱਥੇ ਹੀ ਇਸ ਤੋਂ ਪਰਾਂ ਦਰਿਆ ਯਾਨੀ ਇੱਥਾਂ ਹੀ ਤੇ ਆਉਂਦਾ ਬਾ ਇਸ ਤੋਂ ਪਰਾਂ ਕੋਈ ਨਹੀਂ ਮੈਂਦਾ ਅਗਰ ਦਰਿਆ ਦੇ ਵਿੱਚ ਕਰਾਂ ਕੋਈ ਬਹੁਤ ਜ਼ਿਆਦਾ ਫਲਾਡਾ ਆ ਵਣੇ ਜਾਂ ਇਹਨਾਂ ਯਾਰ ਕੋਈ ਮਸਲਾ ਹੋਵੇ ਤਾਂ ਵੱਤ ਥੋੜ੍ਹਾ ਅੱਗਾ ਵਹਿੰਦਾ ਇਸ ਤੋਂ ਜ਼ਿਆਦਾ ਨਹੀਂ ਵਹਿੰਦਾ ਤੇ ਇਹ ਦਰਿਆ ਸਿੰਧ ਪਾਕਿਸਤਾਨ ਦਾ ਯਾਨੀ ਕਿ ਸਭ ਤੋਂ ਵੱਡਾ ਦਰਿਆ ਹੈ ਦਰਿਆ ਸਿੰਧ ਤੇ ਅਸਾਂ ਜਿਹੜੇ ਏਰੀਏ 'ਚ ਆਏ ਵਧੇ ਹਾਂ ਡੇਰਾ ਇਸਮਾਈਲ ਖਾਨ ਇਸੇ ਸਿੱਧ ਦੇ ਵਿੱਚ ਤਕਰੀਬਨ ਇਸ ਸਿੱਧ ਦੇ ਵਿੱਚ ਡੇਰਾ ਇਸਮਾਈਲ ਖਾਨ ਹੈ ਤੇ ਅਸਾਂ ਯਾਨੀ ਕੱਚੇ ਦੇ ਇਲਾਕੇ 'ਚ ਆਏ ਵਧੇ ਹਾਂ ਜਿਹੜੇ ਦੋਸਤ ਨੇ ਸਾਰੇ ਕੱਚੇ ਦੇ ਇਲਾਕੇ ਦੇ ਅਸਾਂ ਉੱਥੋਂ ਆਏ ਵਧੇ ਹਾਂ ਤੇ ਉਹ ਸਾਹਮਣੇ ਜਨਾਬ ਕੈਂਪ ਹੀ ਲੱਗਿਆ ਖੜਾ ਇੱਥਾਂ ਨਾ ਇੱਥਾਂ ਸ਼ਿਕਾਰੀ ਰਹਿੰਦੇ ਹਨ ਜਾਂ ਉੱਥੇ ਨਾ ਦੋਸਤ ਸਾਰੇ ਰਲ ਮਿਲ ਕੇ ਇੱਥੇ ਇਹੋ ਕਰੀਂਦੇ ਹਨ ਕੁਛ ਖਵਾ ਮੱਛੀ ਛੱਛੀ ਦਾ ਸ਼ਿਕਾਰ ਕਰਕੇ ਇੱਥੇ ਬਹਿ ਕੇ ਅਤੇ ਪਕਾ ਕੇ ਖਾਣਾ ਜਾਂ ਇਹੋ ਇੱਥੇ ਰਹਿੰਦੇ ਹਨ